ਉਹਨੂੰ ਕੋਈ ਵੀ ਬ੍ਰਾਊਜ਼ਰ ਓਪਨ ਕਰਵਾ ਸਕਦੇ ਹੋ। ਕੋਈ ਵੀ ਬ੍ਰਾਊਜ਼ਰ ਦਾ ਮਤਲਬ ਕ੍ਰੋਮ 'ਚ ਵੀ ਓਪਨ ਹੋ ਸਕਦੀ ਹੈ ਨਾ, ਉਸ ਤੋਂ ਬਾਅਦ ਮਾਈਕ੍ਰੋਸਾਫਟ ਐਜ ਦੇ ਵਿੱਚ ਵੀ ਓਪਨ ਹੋ ਸਕਦੀ ਹੈ, ਇੰਟਰਨੈਟ ਐਕਸਪਲੋਰਰ ਦੇ ਵਿੱਚ ਵੀ ਓਪਨ ਹੋ ਸਕਦੀ ਹੈ, ਫਾਇਰਫੌਕਸ ਦੇ ਵਿੱਚ ਵੀ ਓਪਨ ਹੋ ਸਕਦੀ ਹੈ। ਹਰੇਕ ਜਿੰਨੇ ਵੀ ਬ੍ਰਾਊਜ਼ਰ ਆ ਇੰਟਰਨੈਟ ਚਲਾਉਣ ਵਾਲੇ, ਹਰੇਕ ਦੇ ਵਿੱਚ ਆਪਣਾ ਜਿਹੜਾ ਪੀਡੀਐਫ ਆ ਓਪਨ ਹੋ ਜਾਂਦਾ। ਹੁਣ ਆਪਾਂ ਗੱਲ ਕਰਦੇ ਹਾਂ ਪੀਡੀਐਫ ਬਣਾਉਣ ਦੇ ਫਾਇਦੇ ਕੀ ਹੈ। ਠੀਕ ਹੈ, ਦੇਖੋ ਪੀਡੀਐਫ ਬਣਾਉਣ ਦਾ ਸਭ ਤੋਂ ਪਹਿਲਾ ਫਾਇਦਾ ਤਾਂ ਇਹ ਆ, ਆਪਾਂ ਕਈ ਸਾਰੀ ਫਾਈਲਸ ਦਾ ਕੰਬੀਨੇਸ਼ਨ ਇੱਕ ਹੀ ਫਾਈਲ ਦੇ ਅੰਦਰ ਰੱਖ ਸਕਦੇ ਹਾਂ। ਜਿਵੇਂ ਸਪੋਜ਼ ਕਰ ਲਓ ਮੇਰੇ ਕੋਲ ਇੱਕ ਵਰਡ ਦੀ ਫਾਈਲ ਆ, ਇੱਕ ਐਕਸਲ ਦੀ ਫਾਈਲ ਆ, ਇੱਕ ਪਾਵਰ ਪੁਆਇੰਟ ਦੀ ਫਾਈਲ। ਹੁਣ ਤਿੰਨੋਂ ਫਾਈਲ ਮੈਨੂੰ ਓਪਨ ਕਰਕੇ ਦੇਖਣੀ ਹੈ ਇੱਕ ਹੀ ਜਗ੍ਹਾ ਤੇ ਜਾਂ ਕਿਸੇ ਨੂੰ ਸੈਂਡ ਕਰਨੀ ਹੈ, ਠੀਕ ਹੈ, ਤਾਂ ਆਪਾਂ ਕੀ ਕਰਵਾ ਸਕਦੇ ਉਹਨੂੰ ਪੀਡੀਐਫ ਦੇ ਵਿੱਚ ਕਨਵਰਟ ਕਰਵਾ ਕੇ ਸੈਂਡ ਕਰ ਸਕਦੇ। ਦੂਜਾ ਪੀਡੀਐਫ ਫਾਈਲ ਬਣਾਉਣ ਦਾ ਪਰਪਸ ਇਹ ਆ ਵੀ ਕਲੀਅਰਟੀ ਆ ਜਾਂਦੀ ਹੈ ਨਾ। ਤੀਜਾ, ਆਪਾਂ ਨੂੰ ਅਲੱਗ ਅਲੱਗ ਐਪਲੀਕੇਸ਼ਨ ਦੀ ਲੋੜ ਨਹੀਂ ਪੈਂਦੀ। ਜਿਵੇਂ ਸਪੋਜ਼ ਕਰ ਲਓ ਮੇਰੀ ਇੱਕ ਫਰੈਂਡ ਆ, ਉਹਨੇ ਮੈਨੂੰ ਵਰਡ ਦੀ ਵੀ ਫਾਈਲ ਸੈਂਡ ਕਰਨੀ ਹੈ, ਐਕਸਲ ਦੀ ਵੀ ਫਾਈਲ ਸੈਂਡ ਕਰਨੀ ਹੈ, ਪਾਵਰ ਪੁਆਇੰਟ ਦੀ ਵੀ ਫਾਈਲ ਸੈਂਡ ਕਰਨੀ ਹੈ। ਬਟ ਉੱਥੇ ਪ੍ਰੋਬਲਮ ਇਹ ਆ ਵੀ ਮੇਰੇ ਕੋਲ ਤਾਂ ਨਾ ਹੀ ਵਰਡ ਐਪਲੀਕੇਸ਼ਨ ਆ, ਨਾ ਹੀ ਐਕਸਲ ਐਪਲੀਕੇਸ਼ਨ, ਨਾ ਹੀ ਪਾਵਰ ਪੁਆਇੰਟ ਐਪਲੀਕੇਸ਼ਨ। ਤੇ ਮੈਂ ਉਹਨੂੰ ਕਹਤਾ ਵੀ ਤੂੰ ਇਦਾਂ ਕਰ, ਪੀਡੀਐਫ ਦੇ ਵਿੱਚ ਕਨਵਰਟ ਕਰਕੇ ਮੈਨੂੰ ਸੈਂਡ ਕਰ, ਕਿਉਂਕਿ ਉਸ ਫਾਈਲ ਨੂੰ ਜਸਟ ਮੈਂ ਰੀਡ ਹੀ ਕਰਨਾ ਸੀ, ਉਹਦੇ ਅੰਦਰ ਕੋਈ ਚੇਂਜਸ ਨਹੀਂ ਕਰਨੇ ਸੀ। ਤਾਂ ਉਹਨੇ ਮੈਨੂੰ ਇੱਕ ਪੀਡੀਐਫ ਫਾਈਲ ਸੈਂਡ ਕਰਤੀ, ਮੈਂ ਉਹ ਪੀਡੀਐਫ ਫਾਈਲ ਨੂੰ ਓਪਨ ਕਰਵਾ ਕੇ ਰੀਡ ਕਰ ਸਕਦੀ ਹਾਂ। ਉਹਦੇ ਅੰਦਰ ਵਰਡ ਦੀ ਵੀ ਫਾਈਲ ਪਾਤੀ, ਐਕਸਲ ਦੀ ਵੀ ਫਾਈਲ ਪਾਤੀ, ਪਾਵਰ ਪੁਆਇੰਟ ਦੀ ਵੀ ਫਾਈਲ ਪਾਤੀ। ਠੀਕ ਹੈ, ਤੇ ਤੀਜੇ ਨੰਬਰ ਤੇ ਆ ਜਾਂਦਾ ਵੀ ਅਗਰ ਮੈਂ ਕਿਸੇ ਨੂੰ ਪੀਡੀਐਫ ਫਾਈਲ ਬਣਾ ਕੇ ਸੈਂਡ ਕਰ ਰਹੀ ਹਾਂ ਤਾਂ ਕੋਈ ਵੀ ਮੇਰੀ ਫਾਈਲ ਦੇ ਅੰਦਰ ਚੇਂਜਸ ਨਹੀਂ ਕਰ ਸਕਦਾ। ਜਿਵੇਂ ਆਪਾਂ TXT ਫਾਈਲ ਬਣਾ ਕੇ ਕਿਸੇ ਨੂੰ ਸੈਂਡ ਕਰੀਏ ਤਾਂ ਉਹ ਚੇਂਜਸ ਵੀ ਕਰ ਸਕਦਾ ਫਾਈਲ ਦੇ ਅੰਦਰ ਓਪਨ ਕਰਵਾ ਕੇ, ਉਹਦੇ ਅੰਦਰ ਚਾਹੇ ਜੋ ਚੇਂਜਸ ਕਰਕੇ ਸੇਵ ਕਰ ਦੇਵੇ। ਬਟ ਅਗਰ ਆਪਾਂ ਪੀਡੀਐਫ ਫਾਈਲ ਬਣਾ ਕੇ ਸੈਂਡ ਕਰਦੇ ਹਾਂ ਤਾਂ ਪੀਡੀਐਫ ਫਾਈਲ ਦੇ ਅੰਦਰ ਚੇਂਜਸ ਨਹੀਂ ਕਰ ਸਕਦਾ। ਤਾਂ ਇਹ 3-4 ਬੈਨੀਫਿਟ ਨੇ ਪੀਡੀਐਫ ਬਣਾਉਣ ਦੇ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਪੀਡੀਐਫ ਬਣਾਵਾਂਗੇ ਕਿੱਦਾਂ। ਜਿਵੇਂ ਆਪਾਂ ਆਪਣੇ ਫੋਨ ਦੀ ਗੱਲ ਕਰੀਏ ਤਾਂ ਫੋਨ ਦੇ ਵਿੱਚ ਬਹੁਤ ਈਜ਼ੀ ਸਟੈਪ ਆ। ਪਲੇ ਸਟੋਰ ਤੇ ਜਾਓ, ਪੀਡੀਐਫ ਮੇਕਰ ਨਾਮ ਦੀ ਬਹੁਤ ਸਾਰੀ ਐਪਲੀਕੇਸ਼ਨ ਨੇ, ਉਹਨੂੰ ਡਾਊਨਲੋਡ ਕਰੋ। ਉਹਨੂੰ ਜਦੋਂ ਓਪਨ ਕਰਦੇ ਹੋ ਤਾਂ ਉਹ ਕਹਿੰਦਾ ਹੀ ਆ ਸਿਲੈਕਟ ਕਰ ਲਓ ਫਾਈਲਸ ਜਿਹਦਾ ਵੀ ਪੀਡੀਐਫ ਬਣਾਉਣਾ ਹੋਵੇ। ਤਾਂ ਜਿਸ ਵੀ ਫਾਈਲ ਦਾ ਪੀਡੀਐਫ ਬਣਾਉਣਾ ਹੋਵੇ ਆਪਾਂ ਉਸ ਫਾਈਲ ਨੂੰ ਸਿਲੈਕਟ ਕਰਦੇ ਹਾਂ, ਕਨਵਰਟ ਤੇ ਕਲਿੱਕ ਕਰਦੇ ਹਾਂ, ਜਦ ਉਹ ਪੀਡੀਐਫ ਦੇ ਵਿੱਚ ਕਨਵਰਟ ਕਰਦੇ ਹਾਂ, ਹੈ ਨਾ। ਹੁਣ ਆਪਾਂ ਕੰਪਿਊਟਰ ਦੀ ਗੱਲ ਕਰੀਏ ਤਾਂ ਕੰਪਿਊਟਰ ਦੇ ਵਿੱਚ ਆਪਾਂ 2 ਜਾਂ 3 ਤਰੀਕੇ ਨਾਲ ਬਣਾ ਸਕਦੇ। ਪਹਿਲਾ ਤਰੀਕਾ ਆਨਲਾਈਨ, ਠੀਕ ਹੈ, ਵੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਮੈਂ ਸੋਫਟਵੇਅਰ ਡਾਊਨਲੋਡ ਕਰਾਂ। ਦੂਜਾ ਤਰੀਕਾ ਹੈਗਾ ਸੋਫਟਵੇਅਰ ਦੇ ਜ਼ਰੀਏ। ਪਹਿਲਾ ਤਰੀਕਾ ਤਾਂ ਆਪਾਂ ਆਨਲਾਈਨ ਜਾਵਾਂਗੇ, ਆਨਲਾਈਨ ਸਾਈਟ 'ਤੇ ਉੱਥੇ ਕਹਾਂਗੇ, ਉਹ ਕਹੂਗਾ ਸਿਲੈਕਟ ਕਰ ਲਓ ਫਾਈਲਸ, ਆਪਾਂ ਫਾਈਲ ਉਹਨੂੰ ਦੇਵਾਂਗੇ, ਉਹਨੇ ਬਣਾ ਦੇਣੀ ਪੀਡੀਐਫ ਦੇ ਅੰਦਰ ਕਨਵਰਟ ਕਰ ਦੇਣੀ। ਠੀਕ ਹੈ, ਅਤੇ ਦੂਜਾ ਤਰੀਕਾ ਮੈਂ ਇੱਕ ਸੋਫਟਵੇਅਰ ਡਾਊਨਲੋਡ ਕਰਕੇ ਰੱਖ ਲਿਆ। ਜਦੋਂ ਆਪਾਂ ਇੱਕ ਵਾਰ ਸੋਫਟਵੇਅਰ ਡਾਊਨਲੋਡ ਕਰਕੇ ਰੱਖ ਲੈਂਦੇ ਹਾਂ ਤਾਂ ਵਾਰ ਵਾਰ ਇੰਟਰਨੈਟ ਦੀ ਲੋੜ ਨਹੀਂ ਪੈਂਦੀ। ਜਿਵੇਂ ਆਨਲਾਈਨ ਦੀ ਗੱਲ ਕਰੇ ਕੀਤੀ ਜਾਵੇ ਤਾਂ ਆਨਲਾਈਨ 'ਚ ਮੈਨੂੰ ਇੰਟਰਨੈਟ ਦੀ ਲੋੜ ਪੈਣੀ, ਅਗਰ ਇੰਟਰਨੈਟ ਹੈ ਤਾਂ ਮੈਂ ਪੀਡੀਐਫ ਬਣਾ ਸਕਦੀ ਹਾਂ, ਇੰਟਰਨੈਟ ਨਹੀਂ ਹੈ ਤਾਂ ਮੈਂ ਨਹੀਂ ਬਣਾ ਸਕਦੀ। ਬਟ ਅਗਰ ਸੋਫਟਵੇਅਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਇੰਟਰਨੈਟ ਲੱਗਣਾ ਵਾ, ਬਾਕੀ ਫਿਰ ਚਾਹੇ ਜਿੰਨੀ ਮਰਜ਼ੀ ਵਾਰ ਪੀਡੀਐਫ ਬਣਾ। ਤੇ ਤੀਜਾ ਤਰੀਕਾ ਇਹ ਹੈਗਾ ਵੀ ਅਗਰ ਆਪਣੇ ਕੋਲ ਸਪੋਜ਼ ਆਨਲਾਈਨ ਸਪੋਰਟ ਵੀ ਨਹੀਂ ਹੈਗਾ ਤੇ ਮੈਂ ਪੀਡੀਐਫ ਐਪਲੀਕੇਸ਼ਨ ਡਾਊਨਲੋਡ ਕਰਕੇ ਵੀ ਨਹੀਂ ਰੱਖੀ ਹੋਈ, ਫਿਰ ਆਪਾਂ ਕਿੱਦਾਂ ਬਣਾਵਾਂਗੇ? ਫਿਰ ਆਪਾਂ ਐਪਲੀਕੇਸ਼ਨ ਦੇ ਥਰੂ ਹੀ ਸਿੱਧਾ ਬਣਾ ਸਕਦੇ। ਐਪਲੀਕੇਸ਼ਨ ਦੇ ਥਰੂ ਦਾ ਮਤਲਬ ਜਿਵੇਂ ਮੈਂ ਜਦੋਂ ਵਰਡ ਦੀ ਇੱਕ ਫਾਈਲ ਬਣਾਉਂਗੀ ਤਾਂ ਉਹਨੂੰ ਮੈਂ ਇਹ ਨਹੀਂ ਕਹੂੰਗੀ ਵੀ ਵਰਡ ਦੀ ਇੱਕ ਫਾਈਲ ਸੇਵ ਕਰਨੀ ਹੈ, ਮੈਂ ਉਹਨੂੰ ਕਹੂੰਗੀ ਪੀਡੀਐਫ ਫਾਈਲ ਸੇਵ ਕਰਨੀ। ਤਾਂ ਉਹਨੇ ਵਰਡ ਦੀ ਫਾਈਲ ਦੀ ਜਗ੍ਹਾ ਤੇ ਇੱਕ ਪੀਡੀਐਫ ਫਾਈਲ ਸੇਵ ਕਰ ਦੇਣੀ। ਇੱਦਾਂ ਹੀ ਅਗਰ ਐਕਸਲ ਦੀ ਫਾਈਲ ਦਾ ਪੀਡੀਐਫ ਬਣਾਉਣਾ ਤਾਂ ਮੈਂ ਉਹਨੂੰ ਇਹ ਨਹੀਂ ਕਹੂੰਗੀ ਵੀ ਐਕਸਲ ਦੀ ਫਾਈਲ ਦਾ ਮੈਨੂੰ ਫਾਈਲ ਬਣਾਉਣਾ ਵਾ, ਐਕਸਲ ਵਾਲੀ ਫਾਈਲ ਬਣਾਉਣੀ ਹੈ, ਮੈਂ ਉਹਨੂੰ ਕਹੂੰਗੀ ਪੀਡੀਐਫ ਬਣਾਉਣਾ, ਤਾਂ ਉਹਨੇ ਪੀਡੀਐਫ ਬਣਾ ਲਈ। ਠੀਕ ਹੈ, ਤਾਂ ਆਪਾਂ ਇੱਕ ਇੱਕ ਤਰੀਕੇ ਨਾਲ ਦੇਖਦੇ ਹਾਂ ਕਿੱਦਾਂ ਬਣਾ ਸਕਦੇ ਹਾਂ। ਸਭ ਤੋਂ ਪਹਿਲਾਂ ਆਨਲਾਈਨ ਤਰੀਕਾ ਆਪਾਂ ਦੇਖਦੇ ਹਾਂ। ਆਨਲਾਈਨ ਤਰੀਕੇ ਨਾਲ ਆਪਾਂ ਕੀ ਕਰਾਂਗੇ, ਜਾਵਾਂਗੇ ਕਰੋਮ ਤੇ। ਕਰੋਮ ਤੇ ਜਾਣ ਤੋਂ ਬਾਅਦ ਇੱਥੇ ਆਪਾਂ ਇੱਕ ਸਾਈਟ ਲਿਖਾਂਗੇ, ਉਹ ਸਾਈਟ ਦਾ ਨੇਮ ਹੈਗਾ ਆਈ ਲਵ ਪੀਡੀਐਫ। ਠੀਕ ਹੈ, ਸਾਈਟ ਦਾ ਨੇਮ ਇਹਨੂੰ ਜਦੋਂ ਕਲਿੱਕ ਕਰਾਂਗੇ ਤਾਂ ਜਿਹੜੀ ਸਾਈਟ ਓਪਨ ਹੋਣੀ ਆ, ਪਹਿਲੀ ਸਾਈਟ ਤੇ ਹੀ ਆਪਾਂ ਜਾਂਦੇ ਹਾਂ। ਜਦੋਂ ਮੈਂ ਪਹਿਲੀ ਸਾਈਟ ਤੇ ਗਈ ਤਾਂ ਇੱਥੇ ਦੇਖੋ ਕਾਫੀ ਸਾਰੀ ਆਪਸ਼ਨ ਆ। ਇੱਥੋਂ ਆਪਾਂ ਪੀਡੀਐਫ ਬਣਾਉਣਾ ਸਿੱਖਦੇ ਹਾਂ। ਅਗਰ ਇਹਦੇ ਵਿੱਚ ਵੀ ਜਾਓਗੇ ਤਾਂ ਕਾਫੀ ਸਾਰੀ ਆਪਸ਼ਨ ਆਪਾਂ ਨੂੰ ਦਿਖਣੀ ਹੈ। ਜਿਵੇਂ ਇੱਥੇ ਮੈਂ ਕਰਸਰ ਰੱਖ ਰਹੀ ਹਾਂ, ਦੇਖੋ ਕਾਫੀ ਸਾਰੀ ਆਪਸ਼ਨ ਦਿਖ ਰਹੀ ਹੈ ਨਾ। ਆਪਾਂ ਥੱਲੋਂ ਤੋਂ ਜੋ ਥੱਲੇ ਆਪਾਂ ਨੂੰ ਆਪਸ਼ਨ ਦਿਖ ਰਹੀ ਹੈ ਉਹ ਸਾਰੀ ਇੱਥੇ ਵੀ ਆਪਾਂ ਨੂੰ ਦਿਖ ਰਹੀ ਹੈ। ਇੱਥੋਂ ਵੀ ਦਿਖ ਰਹੀ ਹੈ, ਇੱਥੋਂ ਵੀ ਦਿਖ ਰਹੀ ਹੈ, ਇੱਥੋਂ ਵੀ ਦਿਖ ਰਹੀ ਹੈ, ਇੱਦਾਂ ਵੀ ਦਿਖਣਾ। ਸਭ ਤੋਂ ਪਹਿਲਾਂ ਆਪਾਂ ਆਹ ਆਪਸ਼ਨ ਨੂੰ ਸਮਝਦੇ ਹਾਂ। ਇੱਥੇ ਲਿਖਿਆ ਹੋਇਆ ਮਰਜ ਪੀਡੀਐਫ। ਮਰਜ ਪੀਡੀਐਫ ਦਾ ਮਤਲਬ ਹੈਗਾ ਜਿਵੇਂ ਸਪੋਜ਼ ਕਰ ਲਓ ਮੈਂ ਵਰਡ ਫਾਈਲ ਦੀ ਅਲੱਗ ਪੀਡੀਐਫ ਬਣਾਈ ਹੋਈ ਆ, ਐਕਸਲ ਫਾਈਲ ਦੀ ਅਲੱਗ ਪੀਡੀਐਫ ਬਣਾਈ ਹੋਈ ਆ, ਦੋਨਾਂ ਨੂੰ ਮਰਜ ਕਰਕੇ ਇੱਕ ਫਾਈਲ ਬਣਾਉਣੀ।
फिर आप आ वाली ऑप्शन चूज करते हैं। जब आ वाली ऑप्शन चूज करेंगे तो इन्हें अपने तो कहना सिलेक्ट कर लो कितनी है तुम्हारी पीडीएफ फाइल। जब आप दो पीडीएफ फाइल सिलेक्ट करेंगे तो फिर कन्वर्ट की ऑप्शन होनी है, आप कन्वर्ट कर सकते हैं दो फाइल, मर्ज करवा सकते हैं, एक बना सकते हैं। अगर मैं क्लिक करवानी है तो कुछ इदा का ओपन होगा, देखो कहना सिलेक्ट कर लो फाइल्स, उन्हें तो देखो फाइल नहीं लिखे तो कहना फाइल्स, फाइल्स का मतलब कई सारी फाइल्स में मिला के एक कर दे, वो फाइल्स कितना दी होंगी पीडीएफ फाइल ही होंगी। बैक कर दिया, अगे आएगा स्प्लिट पीडीएफ। स्प्लिट स्प्लिट पीडीएफ का मतलब होंगे पीडीएफ को तोड़ना, पीडीएफ को तोड़ने का मतलब हैगा सपोज कर लो मैं एक पीडीएफ फाइल बनाई उसके अंदर 50 पेज है तो मैं 25 पेज का अलग बनाना 25 पेज का अलग बना तो आ वाली ऑप्शन चूज कर। जो इन क्लिक करूंगी तो इतने भी वही ऑप्शन आनी है कहना सिलेक्ट कर लो फाइल पीडीएफ फाइल, इतने देखो लिखा सिलेक्ट पीडीएफ फाइल। जो इन क्लिक करूंगी तो यह कहूगा मैं सिलेक्ट कर लो कितनी पई है तुम्हारी पीडीएफ फाइल, जिम्मे मेरे को आ पई हुई है जिम्मे इन सिलेक्ट करवाऊंगी ओपन करवाऊंगी तो इतने पीडीएफ फाइल ओपन हो जाएगी। हूँ इतने कहता जिदा भी तुम्हें बनानी हो तो बना सकते हो, ठीक है। फिर मैं इतने आ गई, अगे हैगा कंप्रैस पीडीएफ। कंप्रैस पीडीएफ का मतलब है ना सपोज कर लो मेरी एक पीडीएफ के अंदर 50 पेज है, ठीक है, तो वह साइज बहुत व्डा वा, मैं साइज घटाना वा तो फिर आ वाली ऑप्शन चूज करूँगी, इन्हें पीडीएफ का साइज घटा देना, ठीक है। उस तो बाद अगे हैगा पीडीएफ टू वर्ड। पीडीएफ टू वर्ड का मतलब हैगा मैं इदा भी करवा सकती हाँ भी मेरे को आई तो एक पीडीएफ फाइल है उन्होंने मैं कन्वर्ट करवानी हूँ वर्ड की फाइल से या एक्सल की फाइल से या एक पेंट फाइल से, तो फिर आप पीडीएफ टू वर्ड भी कन्वर्ट करवा सकते हैं। जिमें अगर आ ऑप्शन का मैं यूज करा मैं इनू क्लिक करवानी हाँ आ कहता सिलेक्ट कर लो पीडीएफ फाइल, क्लिक करते हैं। जो क्लिक करते हैं तो इतों मैं कोई फाइल सिलेक्ट कर दें, जिमें आ वाली उपर वाली फाइल सिलेक्ट कर दें, देखो यदा नहीं मैं वर्ल्ड प्रैक्टिकल्स डिवेलप कर दी है, ठीक है, देखो डाउनलोड नाम के फोल्डर मैं सिलेक्ट करवा के जो ओपन करवाऊंगी तो फिर इतने पहला फाइल ओपन होनी है, देखो फाइल ओपन होनी है, जिंदा देख सकते हैं कि काम किया है ना। देखो इतने कह रहे हैं कन्वर्ट टू वर्ड, वर्ड के कन्वर्ट करना है सीधा सिलेक्ट करवा लो, इन्हें कन्वर्ट कर देना वा वर्ड के अंदर। हूँ तो मैं वो फाइल जी इतने सिलेक्ट की वो फाइल तो मैं दिखानी है किदा की फाइल है। आप लाइब्रेरी के अंदर चलते हैं, हाँ डाउनलोड के चलते हैं, आही फाइल सी इन आप डबल क्लिक करते हैं तो पी डी एफ फाइल है। ये अंदर मैं चेंजेस नहीं कर सकती, ठीक है, एक पीडीएफ फाइल है अंदर 10 पेजेस है। इस फाइल में कन्वर्ट करवाना वर्ड की फाइल अंदर वही उसे कमांड दी हुई है इंटरनेट पर। फिर आप इतने आके आ देखो उन्हें बना के आ देखो इतने डाउनलोड भी कर दी, ठीक है, देखो फाइल का ही नेम है वर्ड प्रैक्टिकल करके, वह भी नेम वर्ड प्रैक्टिकल करके सी। हूँ जो ये बन जाती है इनू आप ओपन करवावे तो यह वर्ड के ओपन हो, कहना मतलब एक पीडीएफ को कन्वर्ट करता उन्हें वर्ड की फाइल से, तो वर्ड की फाइल को आप कन्वर्ट करवा सकते हैं पीडीएफ फाइल से, मतलब दोनों पास आप काम कर सकते, ठीक है। हूँ अगर मैं इनू ओपन करवा लें तो उही फाइल से ओपन होगी, एनेबल टू एडिटिंग करवा लो, वो अंदर जो भी पेज से अंदर भी उही पेज आ गए। 10 पेज की फाइल सी इतने भी तुम्हें 10 पेज ही दिखने, हाले देखो एक पेज दिख रहा है, देखेंगे 10 पेज हो चुके हैं, उधर अंदर जिन्ने भी पेज सी गए सारे पेज अपन वर्ड के अंदर मिल गए। ठीक है, तो हूँ अगर ये अंदर आप चेंजेस करना चाहिए तो आप चेंजेस कर सकते हैं, जिम्मे इतने मैंने चेंजेस करने वाला कुछ भी लिख सकते हैं, हूँ आप किसी वर्ड की फाइल तो पीडीएफ बना सकते हैं। मैं किसी वर्ड की फाइल तो पीडीएफ बना तो वर्ड की फाइल तो पीडीएफ बना तो फिर इन क्लिक करवाओ तो आप होम पेज पर आ जाने, जो होम पेज पर आ गया थले ऑप्शन मिलती है, इतने आएगा पीडीएफ टू पावर पॉइंट। किसी पीडीएफ फाइल को कन्वर्ट करवाना पावर पॉइंट की फाइल से तो आप पावर पॉइंट वाली फाइल से भी कन्वर्ट करवा सकते हैं। पावर पॉइंट की फाइल का मतलब पीपीटी जिन्हों आप कहने सुने होना पीपीटी कहने वही वाली फाइल। अगे हैगा पीडीएफ टू एक्सल कन्वर्ट करवाना, कोई मेरे को पीडीएफ फाइल है उन्होंने एक्सल कन्वर्ट करवाना आप एक्सल भी कन्वर्ट करवा सकते हैं एक्सल की फाइल से। अगे हैगा वर्ड टू पीडीएफ, मैं कोई वर्ड की फाइल चूज कर दी हाँ, हाँ देखो इतने कहता सिलेक्ट कर लो कोई वर्ड की फाइल, वर्ड की फाइल आप चूज करते हैं जिमें आ वाली फाइल, ठीक है, इतने लिखा हुआ एक्सल
बट ये है ये वर्ड दिखाई मैं सिलेक्ट करवा के ओपन करवा लूँ। जो ओपन करवाऊँ क्या देखो कन्वर्ट दी ऑप्शन कन्वर्ट पे क्लिक करवा दो इन्हें पीडीएफ से कन्वर्ट कर देना। देखो डाउनलोड दी ऑप्शन आ गई इन पर क्लिक करेंगे तो थली फाइल डाउनलोड हो जाएगी। देखो पीडीएफ फाइल आ गई हम इस फाइल को ओपन कर देंगे। वो वर्ड दी फाइल के अंदर जो कुछ सीखा उन्हें पीडीएफ से कन्वर्ट कर देना। गल समझ लग रही है किदा मैं कर रही हूँ फिर अगे देख रही हूँ ऑप्शन अगे इसी तरीके नाल हैगा पावर पॉइंट की फाइल में पीडीएफ से कन्वर्ट करवाना। जिम्मे मैं इनू क्लिक करवाया तो कहता सिलेक्ट कर लो पावर पॉइंट की फाइल क्लिक करवा लो आप कोई पावर पॉइंट की फाइल सिलेक्ट कर लेंगे। देखो इतने लिखे ना PPTX तो ये पावर पॉइंट की सारी फाइल है। ठीक है मैं तो कोई फाइल सिलेक्ट कर लेंगे जिम्मे आप कोई इदा की फाइल सिलेक्ट करनी है जी छोटी हो बद ना हो वी नहीं तो फिर इन्हें टाइम भी लेना वा अगर ज़्यादा वीड्डी हुई तो जिमें वैब टेक्नोलॉजी तो कोई फाइल सी मतलब ये देखिए अलग अलग ऑप्शन दिए हुए हैं कि आ फाइल तो ओ दे थ्रू बन रही है हम इन कन्वर्ट टू पीडीएफ कर देवे तो नहीं कन्वर्ट टू पीडीएफ कर देना बट इतने टाइम लेना क्योंकि जी पावर पॉइंट की फाइल होंगी वो थोड़ी जी वीड्डी होंगी और एनीमेशन भी लगी होंगे ट्रांजिशन भी लगी होंगी इन आप डाउनलोड करवा लें डाउनलोडिंग के टाइम लगेगा हम इन आप ओपन करवाएंगे तो फाइल ओपन हो जाएगी। हम एक पीपीटी वाली फाइल सी ये मैं जूमिंग कट कर रही हूँ देख सकते हो पीपीटी वाली फाइल सी। यदि ओरिजिनल फाइल देखनी है तो आप देख सकते हैं डाउनलोड के जावे डाउनलोड के अंदर आप ओरिजिनल फाइल मिल जाएगी। नेम से फाइल का वैब टेक्नोलॉजी करके फाइल का नेम से सारी वैब टेक्नोलॉजी मुझे तो ओपन करवाओगे तो पीडीएफ फाइल सॉरी पावर पॉइंट की फाइल पावर पॉइंट एप्लीकेशन के अंदर ओपन करवा हूँ ये अंदर मैं कुछ भी चेंजेस करवा सकता अगे आप किसी पीडीएफ फाइल में लॉक भी लगा सकते हैं जिम्मे कल तुम मैं दसिया आधार कार्ड आप डाउनलोड करते हैं तो कि होंगे और लॉक लगे होंगे तो आप भी इतने लॉक लगा सकते हैं हूँ अगर मैनू लॉक लगाना तो मैं की करूँगी थले ऑप्शन आ गई लॉक देखो इतने अनलॉक की ऑप्शन इतने देखो लिखा प्रोटेक्ट पीडीएफ मैं किसी पीडीएफ में लॉक लगाना तो इन्हें क्लिक करूँ इतने कहना सिलेक्ट कर लो कि पीडीएफ फाइल है जिन्होंने लॉक लगाना इन मैं सिलेक्ट करवा के इतों कोई पीडीएफ फाइल सिलेक्ट कर लेंगे जिमें मैं आह वाली फाइल पर लगाना। ठीक है क्लिक करवाया इन ओपन करवाया जो ओपन करवाओगे तो इतने कहना सैट कर लो की रखना पासवर्ड जिमें इतने मैं पासवर्ड 1 2 3 4 रख लिया। ठीक है इतने भी कहना रिपीट कर दो कि पासवर्ड 1 2 3 4 रिपीट करके देखो प्रोटेक्ट पीडीएफ क्लिक करवा लो उन्होंने पीडीएफ जी बना देनी वो प्रोटेक्शन लगी हुई क्लिक करवा दो फाइल डाउनलोड होगी हम जो इन मैं ओपन करूंगी तो इन्हें मेरे तो पासवर्ड मांगना पासवर्ड पता होगा तो आप इनू ओपन करवा सकते हैं नहीं पता तो नहीं ओपन करवा सकते जिमें मैं पासवर्ड पता मैं फिल करता तो देखो फाइल इन अनप्रोटेक्ट करना तो अनप्रोटेक्ट भी आप कर सकते हैं अनप्रोटेक्ट का मतलब जो मैं पासवर्ड लगाया वो मैं पासवर्ड नहीं चाहिए पासवर्ड हटाना वा फिर थले आ जाऊंगी हर एक प्रोडक्ट की ऑप्शन अनलॉक क्लिक करवा लो सिलेक्ट कर लो फाइल कि फाइल है जिन्होंने अनप्रोटेक्ट करना आही फाइल सी ना अपनी आ वाली सी एक्सेल प्रोटेक्ट। ठीक है उपर वाली नहीं सी उपर वाली तो जस्ट पीडीएफ आ थले वाली देखोगे तो इतने लिखा प्रोटेक्ट मतलब इनू पासवर्ड लग गया सिलेक्ट करवा लो ओपन करवा लो। ठीक है जस्ट प्रेस एंड अनलॉक बटन अनलॉक तो क्लिक करवा दो हूँ इन आप ओपन करवावे तो अनलॉक फाइल ये कोई भी पासवर्ड नहीं मंगना पा। ठीक है हूँ इन आप ओपन करवा लेंगे तो इन्हें कोई भी पासवर्ड नहीं मंगना इस तरीके आप सारी फाइल्स भी पीडीएफ से कन्वर्ट करवा सकते हैं वो भी लगा सकते हैं पासवर्ड भी लगा सकते हैं तो अनलॉक भी लगा सकते अगे आप किसी पिक्चर फाइल का भी पीडीएफ बना सकते हैं पिक्चर फाइल का मतलब पेंट की फाइल होगी जिमें आ देखो इतने लिखा हुआ पीडीएफ टू जेपीजी पीडीएफ टू जेपीजी का मतलब मेरे कोई पीडीएफ फाइल आई है जिद अंदर बहुत सारी पिक्चर्स हैं
ਤਾਂ ਉਹ ਸਾਰੀ ਪਿਕਚਰ ਨੂੰ ਮੈਂ ਪੇਂਟ ਦੀ ਫਾਈਲ ਦੇ ਅੰਦਰ ਕਨਵਰਟ ਕਰਵਾਉਣਾ ਵੀ ਜਦੋਂ ਉਹ ਪਿਕਚਰਸ ਨੂੰ ਮੈਂ ਓਪਨ ਕਰਵਾਉਂ ਤਾਂ ਪੇਂਟ ਦੇ ਅੰਦਰ ਓਪਨ ਹੋਵੇ ਇੱਕ ਪਿਕਚਰ ਫਾਈਲ ਓਪਨ ਹੋਵੇ ਤਾਂ ਆਪਾਂ ਇਹਨੂੰ ਚੂਜ਼ ਕਰਵਾ ਕੇ ਕਨਵਰਟ ਕਰਵਾ ਸਕਦੇ ਹਾਂ ਠੀਕ ਹੈ। ਅਗਰ ਕਿਸੇ ਜੇਪੀਜੀ ਟੂ ਪੀਡੀਐਫ ਬਣਾਉਣਾ ਕੋਈ ਪਿਕਚਰ ਫਾਈਲ ਨੂੰ ਪੀਡੀਐਫ 'ਚ ਕਨਵਰਟ ਕਰਵਾਉਣਾ ਤਾਂ ਵਾਲੀ ਆਪਸ਼ਨ ਚੂਜ਼ ਕਰਾਂਗੇ ਸਿਲੈਕਟ ਕਰ ਲਓ ਫਾਈਲਸ ਹੁਣ ਇੱਥੇ ਚੂਜ਼ ਕਰ ਲਓ ਜਿਵੇਂ ਮੈਨੂੰ ਆਹ ਵਾਲੀ ਫਾਈਲ ਦਾ ਬਣਾਉਣਾ ਸਿਲੈਕਟ ਕਰਵਾਇਆ ਓਪਨ ਕਰਵਾਇਆ ਦੈਨ ਇਹਨੇ ਕਨਵਰਟ ਕਰ ਲੈਣਾ ਡਾਊਨਲੋਡ ਕਰ ਪੀਡੀਐਫ ਫਾਈਲ ਇਹਦੇ ਅੰਦਰ ਇੱਕ ਪਿਕਚਰ ਫਾਈਲ ਹੈ ਜਿਵੇਂ ਕਾਟ ਮਤਲਬ ਜਿਹੜੀ ਫਾਈਲ ਜਿਹੜੀ ਆ ਉਹਦੇ ਵਿੱਚ ਹੀ ਓਪਨ ਕਲੀਅਰ ਆ ਸਾਰਿਆਂ ਆਨਲਾਈਨ ਕਿੱਦਾਂ ਬਣਾਉਣਾ ਪਤਾ ਲੱਗ ਗਿਆ ਇਹਦੇ ਅੰਦਰ ਕਾਫੀ ਸਾਰੇ ਹੋਰ ਵੀ ਟੂਲਸ ਆ ਜਿੱਦਾਂ ਜਿੱਦਾਂ ਆਪਾਂ ਯੂਜ਼ ਕਰਦੇ ਆਪਾਂ ਨੂੰ ਪਤਾ ਲੱਗ ਜਾਂਦਾ ਜਿਵੇਂ ਰੋਟੇਟ ਪੀਡੀਐਫ ਕਰਨਾ ਹੋਏ ਕੋਈ ਸਪੋਜ਼ ਕਰ ਲਓ ਮੇਰੇ ਕੋਲ ਪੀਡੀਐਫ ਆ ਉਹਦਾ ਸਾਈਜ਼ ਇੱਦਾਂ ਕੀਤਾ ਹੋਇਆ ਇੱਦਾਂ ਇੱਦਾਂ ਸਾਰੀ ਪੀਡੀਐਫ ਫਾਈਲ ਆ ਮੈਂ ਚਾਹੁੰਦੀ ਹਾਂ ਇੱਦਾਂ ਹੋ ਜਾਵੇ ਤਾਂ ਫਿਰ ਆਹ ਵਾਲੀ ਆਪਸ਼ਨ ਚੂਜ਼ ਕਰਾਂਗੇ ਉਹਨੇ ਸਾਰੀ ਫਾਈਲਸ ਨੂੰ ਇੱਦਾਂ ਰੋਟੇਟ ਕਰ ਦੇਣਾ ਪਤਾ ਲੱਗ ਗਿਆ ਸਾਰੀ ਆਪਸ਼ਨ ਆਪਾਂ ਆਹ ਸਾਈਟ ਤੇ ਆਪਣੀ ਆਈਡੀ ਵੀ ਸਾਈਨ ਇਨ ਕਰਕੇ ਰੱਖ ਸਕਦੇ ਹਾਂ ਸਾਈਨ ਇਨ ਕਰਕੇ ਇੱਥੇ ਆਈਡੀ ਵੀ ਬਣਾ ਕੇ ਯੂਜ਼ ਕਰ ਸਕਦੇ ਤਾਂ ਆਨਲਾਈਨ ਪੀਡੀਐਫ ਬਣਾਉਣਾ ਪਤਾ ਲੱਗ ਗਿਆ ਹੁਣ ਆਪਾਂ ਆਫਲਾਈਨ ਦੀ ਗੱਲ ਕਰਦੇ ਹਾਂ ਠੀਕ ਹੈ। ਦੇਖੋ ਆਫਲਾਈਨ ਪੀਡੀਐਫ ਬਣਾਉਣਾ ਤਾਂ ਆਪਾਂ ਨੂੰ ਇੱਕ ਸੌਫਟਵੇਅਰ ਦੀ ਲੋੜ ਪੈਣੀ ਹੈ ਜਿਹਦਾ ਨੇਮ ਹੈਗਾ PDF24 ਸੌਫਟਵੇਅਰ ਦਾ ਨੇਮ ਦੱਸ ਦਿਓ PDF24 ਠੀਕ ਹੈ। ਹੁਣ ਮੈਂ ਆਪਣੇ ਕੰਪਿਊਟਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਚੈੱਕ ਕਰਦੀ ਹਾਂ ਵੀ ਮੇਰੇ ਕੰਪਿਊਟਰ ਦੇ ਵਿੱਚ PDF24 ਹੈ ਕਿ ਨਹੀਂ ਠੀਕ ਹੈ। PDF24 ਟੂ ਐਂਡ ਫੋਰ ਲਿਖ ਦੋਗੇ PDF ਲਿਖ ਕੇ ਉਹਦੇ ਅੱਗੇ 24 ਲਿਖ ਦੋ ਸੌਫਟਵੇਅਰ ਦਾ ਨੇਮ ਹੀ ਹੈ PDF24 ਜਿਵੇਂ ਮੈਨੂੰ ਇੱਥੇ ਦੇਖਣਾ ਹੋਏ ਮੇਰੇ ਕੰਪਿਊਟਰ ਦੇ ਵਿੱਚ PDF24 ਹੈ ਕਿ ਨਹੀਂ ਤਾਂ ਮੈਂ ਸਟਾਰਟ ਬਟਨ ਤੇ ਕਲਿੱਕ ਕਰਵਾਉਂਗੀ ਇੱਥੇ ਜਾ ਕੇ ਮੈਂ ਲਿਖਦੀ ਹਾਂ PDF ਠੀਕ ਹੈ। ਦੇਖੋ ਮੇਰੇ ਕੰਪਿਊਟਰ ਦੇ ਵਿੱਚ PDF24 ਹੈ ਠੀਕ ਹੈ। ਅਗਰ ਬਾਈ ਚਾਂਸ ਮੇਰੇ ਕੰਪਿਊਟਰ ਦੇ ਵਿੱਚ PDF24 ਨਹੀਂ ਹੁੰਦੀ ਤਾਂ ਆਪਾਂ ਨੂੰ ਫਿਰ ਡਾਊਨਲੋਡ ਕਰਨਾ ਪੈਂਦਾ। ਡਾਊਨਲੋਡ ਕਿੱਦਾਂ ਕਰਨਾ ਪੈਂਦਾ ਡਾਊਨਲੋਡ ਕਰਕੇ ਵੀ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਆਪਾਂ ਡਾਊਨਲੋਡ ਕਰ ਸਕਦੇ ਹਾਂ। ਅਗਰ ਤੁਸੀਂ ਥੱਲੇ ਜਾਓਗੇ ਪ੍ਰੈਕਟੀਕਲ ਕਰੋਗੇ ਜਿੱਦਾਂ ਮੈਂ ਤੁਹਾਨੂੰ ਕਰਕੇ ਦਿਖਾ ਰਹੀ ਹਾਂ ਤੁਸੀਂ ਪਹਿਲਾਂ ਆਪਣੇ ਕੰਪਿਊਟਰ ਦੇ ਵਿੱਚ ਚੈੱਕ ਆਊਟ ਕਰ ਲੈਣਾ ਵੀ PDF24 ਨਾਮ ਦੀ ਐਪਲੀਕੇਸ਼ਨ ਹੈ ਕਿ ਨਹੀਂ ਹੈ। ਬਾਈ ਚਾਂਸ ਨਹੀਂ ਮਿਲਦੀ ਤਾਂ ਫਿਰ ਆਪਾਂ ਉਹਨੂੰ ਡਾਊਨਲੋਡ ਕਰਾਂਗੇ ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ ਠੀਕ ਹੈ। ਇੱਥੇ ਆਪਾਂ ਲਿਖਾਂਗੇ PDF24 ਠੀਕ ਹੈ। ਦੇਖੋ ਇੱਥੇ ਆ ਗਿਆ PDF24 ਕ੍ਰੀਏਟਡ ਡਾਊਨਲੋਡ ਜਦੋਂ ਮੈਂ ਇੱਥੇ ਲਿਖਿਆ ਤਾਂ ਜਦੋਂ ਕਲਿੱਕ ਕਰਵਾਓਗੇ ਆ ਦੇਖੋ ਇੱਥੇ ਆ ਗਿਆ PDF24 ਡਾਊਨਲੋਡ ਫ੍ਰੀ 100% ਕਰਕੇ ਲਿਖਿਆ ਇਹਨੂੰ ਕਲਿੱਕ ਕਰਵਾਓ ਕਲਿੱਕ ਕਰਵਾਓਗੇ ਆ ਦੇਖੋ ਇੱਥੇ ਡਾਊਨਲੋਡ ਦੀ ਆਪਸ਼ਨ ਆ ਗਈ। ਜਦੋਂ ਇਹਨੂੰ ਕਲਿੱਕ ਕਰਵਾਓਗੇ ਨਾ ਤਾਂ ਥੱਲੇ ਤੁਹਾਡੇ ਤੋਂ ਵਰਜ਼ਨ ਪੁੱਛਦਾ ਕਿਹੜਾ ਵਰਜ਼ਨ ਕਰਨਾ ਵਾ ਵਿੰਡੋ 10 ਲਈ ਓਲਡਰ ਵਰਜ਼ਨ ਕਰਨਾ ਜਾਂ ਨਿਊ ਵਰਜ਼ਨ ਕਰਨਾ ਠੀਕ ਹੈ। ਜੋ ਵੀ ਵਰਜ਼ਨ ਕਰਨਾ ਹੋਵੇ ਆਪਾਂ ਕਰ ਸਕਦੇ ਹਾਂ ਜਿਵੇਂ ਆਹ ਵਰਜ਼ਨ ਕਰਨਾ ਕਲਿੱਕ ਕਰਵਾ ਦੂੰਗੀ ਤਾਂ ਫਿਰ ਆਹੀ ਵਾਲਾ ਵਰਜ਼ਨ ਡਾਊਨਲੋਡ ਹੋਣ ਲੱਗ ਜਾਊਗਾ ਡਾਊਨਲੋਡ। ਹੁਣ ਇਹਦੀ ਵੀ ਇੱਕ ਸੈਟਅਪ ਫਾਈਲ ਆ ਰਹੀ ਹੈ ਕਿਉਂਕਿ ਇਹ ਵੀ ਕੀ ਆਪਣਾ ਇੱਕ ਸੌਫਟਵੇਅਰ ਆ ਇਸ ਸੌਫਟਵੇਅਰ ਨੂੰ ਬਣਾਉਣ ਲਈ ਕਈ ਸਾਰੀ ਫਾਈਲਸ ਦੀ ਲੋੜ ਪਈ ਹੈ ਨਾ ਕੋਡਿੰਗ ਵਾਲੀ ਫਾਈਲਸ ਦੀ ਲੋੜ ਪਈ ਤਾਂ ਸੈਟਅਪ ਫਾਈਲ ਦੇ ਅੰਦਰ ਸਾਰੀ ਹੀ ਕੋਡਿੰਗਸ ਵਾਲੀ ਫਾਈਲ ਆ ਜਾਂਦੀ ਜਦੋਂ ਇਹਨੂੰ ਰਨ ਕਰਾਂਗੇ ਤਾਂ ਆਪਣੇ ਕੰਪਿਊਟਰ ਦੇ ਵਿੱਚ ਆ ਜਾਂਦੀ ਹੈ। ਗੱਲ ਸਮਝ ਲੱਗ ਰਹੀ ਹੈ ਸਾਰਿਆਂ ਨੂੰ ਜਦ ਤੱਕ ਇਹ ਡਾਊਨਲੋਡ ਹੋ ਰਹੀ ਆ ਤਦ ਤੱਕ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵੀ ਕਿੱਦਾਂ ਆਪਾਂ ਅਗਰ ਮੇਰੇ ਕੋਲ ਸੌਫਟਵੇਅਰ ਦਾ ਵੀ ਇੰਤਜ਼ਾਮ ਨਹੀਂ ਹੈਗਾ ਆਨਲਾਈਨ ਵੀ ਇੰਤਜ਼ਾਮ ਨਹੀਂ ਹੈਗਾ ਫਿਰ ਆਪਾਂ PDF ਬਣਾਉਣੀ ਹੋਵੇ ਤਾਂ ਕਿੱਦਾਂ ਬਣਾਵਾਂਗੇ ਉਹ ਚੀਜ਼ ਆਪਾਂ ਸਿੱਖ ਲਾਂਗੇ। ਤਾਂ ਉਹਦੇ ਲਈ ਆਪਾਂ ਕੀ ਕਰਾਂਗੇ ਇੱਥੋਂ ਜਾਵਾਂਗੇ ਸਭ ਤੋਂ ਪਹਿਲਾਂ ਇੱਥੇ ਲਿਖਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਿਸੇ ਨੋਟਪੈਡ ਦੀ ਫਾਈਲ ਦਾ PDF ਬਣਾਉਣਾ ਦੱਸਦੀ ਹਾਂ। ਨੋਟਪੈਡ ਨੂੰ ਓਪਨ ਕਰਵਾਇਆ ਠੀਕ ਹੈ। ਇੱਥੋਂ ਮੈਂ ਕੋਈ ਨੋਟਪੈਡ ਦੀ ਫਾਈਲ ਓਪਨ ਕਰ ਲਈ ਓਪਨ ਦੀ ਕਮਾਂਡ ਦਿੱਤੀ ਨੋਟਪੈਡ ਦੀ ਫਾਈਲ ਕਲਿੱਕ ਕਰਵਾਇਆ ਓਪਨ ਕਰਵਾਇਆ ਠੀਕ ਹੈ। ਹੁਣ ਦੇਖੋ ਆਹ ਫਾਈਲ ਪਹਿਲਾਂ ਤੋਂ ਹੀ ਸੇਵ ਆ ਨਾ ਇਹਨੂੰ ਮੈਂ ਸੇਵ ਵਾਲੀ ਫਾਈਲ ਨੂੰ ਓਪਨ ਕਰਵਾਇਆ ਤਾਂ ਆਪਾਂ ਕੀ ਕਰਾਂਗੇ ਇੱਥੇ ਸੇਵ ਐਸ ਦੀ ਕਮਾਂਡ ਦਵਾਂਗੇ। ਸੇਵ ਐਸ ਦੀ ਜਦੋਂ ਕਮਾਂਡ ਦਵਾਂਗੇ ਨਾ ਥੱਲੇ ਦੇਖੋ ਲਿਖਿਆ ਹੋਇਆ ਸੇਵ ਐਸ ਟਾਈਪ ਕੀ ਲਿਖਿਆ ਹੋਇਆ TXT ਫਾਈਲ ਇੱਥੋਂ ਆਪਾਂ ਇਹਨੂੰ ਕਲਿੱਕ ਕਰਕੇ ਇੱਥੋਂ ਕਵਾਂਗੇ TXT ਫਾਈਲ ਨਹੀਂ ਹੈਗਾ ਇੱਥੋਂ ਆਪਾਂ ਕਵਾਂਗੇ PDF ਫਾਈਲ ਬਟ ਇੱਥੇ PDF ਫਾਈਲ ਦੀ ਆਪਸ਼ਨ ਨਹੀਂ ਹੈਗੀ ਇੱਥੇ ਆਲ ਫਾਈਲਸ ਦੀ ਆਪਸ਼ਨ ਅਗਰ ਆਪਾਂ ਇਹਦੇ ਵਿੱਚ ਜਾਂਦੇ ਇੱਥੇ ਨਹੀਂ ਹੈਗੀ ਆਪਸ਼ਨ ਮਤਲਬ
ਕਹਿੰਦਾ ਮਤਲਬ ਅਗਰ ਮੈਨੂੰ ਨੋਟਪੈਡ ਦੀ ਫਾਈਲ ਦਾ ਪੀਡੀਐਫ ਬਣਾਉਣਾ ਹੈ ਤਾਂ ਆਪਾਂ ਡਾਇਰੈਕਟ ਨਹੀਂ ਬਣਾ ਸਕਦੇ, ਆਪਾਂ ਆਨਲਾਈਨ ਦਾ ਯੂਜ਼ ਕਰਨਾ ਪਊਗਾ ਜਾਂ ਤਾਂ ਫਿਰ ਆਪਾਂ ਨੂੰ ਕਿਸੇ ਸੋਫਟਵੇਅਰ ਦਾ ਹੀ ਯੂਜ਼ ਕਰਨਾ ਪਊਗਾ। ਠੀਕ ਹੈ, ਤਾਂ ਆਪਾਂ ਫਿਰ ਕਿਸੇ ਦੂਜੀ ਐਪਲੀਕੇਸ਼ਨ ਤੋਂ ਦੇਖ ਲੈਂਦੇ ਹਾਂ। ਮੈਨੂੰ ਲੱਗਿਆ ਸ਼ਾਇਦ ਇਹਦੇ ਵਿੱਚ ਆਪਸ਼ਨ ਆਪਾਂ ਨੂੰ ਮਿਲ ਜਾਵੇ, ਇਹਦੇ ਵਿੱਚ ਜਾਂਦੇ ਹਾਂ ਤਾਂ ਥੱਲੋਂ ਹੀ ਆਪਾਂ ਚੂਜ਼ ਕਰਦੇ ਹਾਂ ਵਿੱਚ, ਬਟ ਹੈ ਨਹੀਂ ਆਪਸ਼ਨ। ਮੈਂ ਕੀ ਕਰਦੀ ਹਾਂ, ਕੋਈ ਵਰਡ ਦੀ ਫਾਈਲ ਦਾ ਦੇਖ ਲੈਂਦੀ ਹਾਂ। ਮੈਂ ਇੱਥੋਂ ਆ ਗਈ, ਵਰਡ ਓਪਨ ਕਰਵਾਇਆ, ਕਲਿੱਕ ਕਰਵਾ ਕੇ ਇੱਥੋਂ ਮੈਂ ਕੋਈ ਫਾਈਲ ਓਪਨ ਕਰ ਲੈਂਦੀ ਹਾਂ, ਜਿਵੇਂ ਆਹ ਵਾਲੀ ਫਾਈਲ ਓਪਨ ਕਰ ਲੈਂਦੀ ਹਾਂ। ਜਿਵੇਂ ਆਹ ਫਾਈਲ ਦਾ ਮੈਨੂੰ ਪੀਡੀਐਫ ਬਣਾਉਣਾ, ਤਾਂ ਹੁਣ ਆਪਾਂ ਨੂੰ ਪਤਾ ਫਾਈਲ ਪਹਿਲਾਂ ਹੀ ਸੇਵ ਸੀਗੀ, ਸੇਵ ਫਾਈਲ ਨੂੰ ਮੈਂ ਓਪਨ ਕਰਵਾਇਆ, ਤਾਂ ਇਹਨੂੰ ਆਪਾਂ ਸੇਵ ਐਸ ਦੀ ਕਮਾਂਡ ਦੇਵਾਂਗੇ। ਆ ਰਹੀ ਸੇਵ ਐਸ ਦੀ ਕਮਾਂਡ, ਕਲਿੱਕ ਕਰਵਾ ਲਓ। ਜਦੋਂ ਇਹਨੂੰ ਕਲਿੱਕ ਕਰਵਾਓਗੇ, ਤੁਹਾਡੇ ਕੋਲ ਥੱਲੇ ਲਿਖਿਆ ਨਾ ਵਰਡ ਡਾਕੂਮੈਂਟ, ਇਹਨੂੰ ਕਹਿ ਦਿਓ ਵਰਡ ਡਾਕੂਮੈਂਟ ਨਹੀਂ, ਥੱਲੇ ਇੱਥੇ ਦੇਖੋ ਪੀਡੀਐਫ ਦੀ ਆਪਸ਼ਨ ਆ ਗਿਆ, ਦੇਖੋ ਆ ਗਈ ਪੀਡੀਐਫ ਦੀ ਆਪਸ਼ਨ, ਇਹਨੂੰ ਟਿਕ ਕਰਵਾ ਕੇ ਉਸ ਤੋਂ ਬਾਅਦ ਇਹਨੂੰ ਦੱਸ ਦਿਓ ਲੋਕੇਸ਼ਨ ਕਿੱਥੇ ਸੇਵ ਕਰਨੀ ਹੈ। ਜਿਵੇਂ ਮੈਂ ਇਹਨੂੰ ਕਹਿਤਾ ਡੈਸਕਟੋਪ 'ਤੇ ਸੇਵ ਕਰਨੀ ਹੈ। ਇਸ ਫਾਈਲ ਦਾ ਮੈਂ ਕੁਛ ਨੇਮ ਦੇ ਦਿੰਦੀ ਹਾਂ, ਦੇਖੋ ਦੀ ਜਿਵੇਂ ਦਿੱਤਾ ਹੋਇਆ ਬਾਰਡਰ ਕਮਾਂਡ ਡੋਟ ਪੀਡੀਐਫ, ਇਹ ਇਹੀ ਰਹਿਣ ਦਿੰਦੇ ਹਾਂ ਆਪਾਂ। ਮੈਨੂੰ ਸੇਵ ਕਰਵਾ, ਦੇਖੋ ਇਹ ਕਨਵਰਟ ਕਰ ਰਿਹਾ, ਉਹਨੇ ਕਨਵਰਟ ਕਰਕੇ ਇੱਥੇ ਓਪਨ ਵੀ ਕਰਤਾ। ਮੈਂ ਇਹਨੂੰ ਕਲੋਜ਼ ਕਰਕੇ ਦੁਬਾਰਾ ਓਪਨ ਕਰਕੇ ਤੁਹਾਨੂੰ ਦਿਖਾਉਂਦੀ ਹਾਂ। ਆਪਾਂ ਨੇ ਉਸ ਫਾਈਲ ਦਾ ਕੀ ਨੇਮ ਦਿੱਤਾ ਸੀ, ਪੀਡੀਐਫ ਹੈ ਨਾ, ਬਾਰਡਰ ਨਾਮ ਕੋਈ ਫਾਈਲ ਸੀਗੀ, ਇਹਨੂੰ ਪੀਡੀਐਫ ਫਾਈਲ ਸੀ। ਡੈਸਕਟੋਪ ਤੇ ਆ ਰਹੀ ਦਿਖ ਰਿਹਾ ਬਾਰਡਰ ਕਮਾਂਡ, ਇਹਨੂੰ ਜਦੋਂ ਓਪਨ ਕਰਵਾਉਂਗੇ ਤਾਂ ਇਹ ਪੀਡੀਐਫ ਫਾਈਲ ਬਣ। ਹੁਣ ਇਹਦੇ ਲਈ ਨਾ ਹੀ ਮੈਨੂੰ ਆਨਲਾਈਨ ਜਾਣਾ ਪਿਆ, ਨਾ ਹੀ ਮੈਨੂੰ ਕਿਸੇ ਸੋਫਟਵੇਅਰ ਦੀ ਲੋੜ ਪਈ ਹੈ, ਡਾਇਰੈਕਟ ਬਣ ਗਈ ਪੀਡੀਐਫ। ਠੀਕ ਹੈ, ਹੁਣ ਅਗਰ ਵਰਡ ਦੀ ਫਾਈਲ ਦੇ ਅੰਦਰ 100 ਪੇਜ ਹੁੰਦੇ ਤਾਂ 100 ਪੇਜ ਦਾ ਉਹਨੇ ਪੀਡੀਐਫ ਕ੍ਰੀਏਟ ਕਰ ਦੇਣਾ ਸੀ, 50 ਪੇਜ ਹੁੰਦੇ ਤਾਂ 50 ਪੇਜ ਦਾ ਕਰ ਦੇਣਾ ਸੀ। ਇਹਦੇ ਲਈ ਨਾ ਹੀ ਤਾਂ ਨਾ ਤਾਂ ਆਪਾਂ ਨੂੰ ਇੰਟਰਨੈਟ ਦੀ ਲੋੜ ਪਈ, ਨਾ ਹੀ ਕਿਸੇ ਸੋਫਟਵੇਅਰ ਦੀ ਲੋੜ ਪਈ। ਇੱਦਾਂ ਹੀ ਐਕਸਲ ਦੀ ਫਾਈਲ ਦਾ ਬਣਾਉਣਾ ਹੋਵੇ ਤਾਂ ਆਪਾਂ ਐਕਸਲ ਦੀ ਵੀ ਫਾਈਲ ਦਾ ਬਣਾ ਸਕਦੇ ਹਾਂ। ਜਿਵੇਂ ਐਕਸਲ ਦੀ ਫਾਈਲ ਕੋਈ ਓਪਨ ਕਰਵਾਈ, ਅਗਰ ਸੇਵ ਕੀਤੀ ਹੋਈ ਨਹੀਂ ਫਾਈਲ ਹੁੰਦੀ ਤਾਂ ਫਿਰ ਆਪਾਂ ਸੇਵ ਦੀ ਕਮਾਂਡ ਦੇਣੀ ਸੀ। ਫਿਰ ਇਸ ਤੋਂ ਥੱਲੇ ਚੂਜ਼ ਕਰਵਾ ਲਓ ਪੀਡੀਐਫ ਫਾਈਲ, ਦੇਖੋ ਆ ਗਈ ਪੀਡੀਐਫ, ਕਲਿੱਕ ਕਰਵਾ ਲਓ, ਚੂਜ਼ ਕਰਵਾ ਲਿਆ। ਹੁਣ ਇਹਨੂੰ ਕਿੱਥੇ ਰੱਖਣੀ ਆ ਫਾਈਲਸ ਨੂੰ, ਮੈਂ ਫਾਈਲਸ ਦਾ ਨੇਮ ਦੇ ਦਿੰਦੀ ਹਾਂ PDF। ਠੀਕ ਹੈ, PDF ਦੇ ਕੇ ਇਹਨੂੰ ਆਪਾਂ ਡੈਸਕਟੋਪ 'ਤੇ ਹੀ ਰੱਖ ਦਿੰਦੇ ਹਾਂ, ਤਾਂ ਕਿ ਆਪਾਂ ਨੂੰ ਈਜ਼ੀ ਹੋਵੇ ਲੱਗਣਾ ਸੇਵ ਕਰਵਾਉਣਾ। ਦੇਖੋ ਇਹ ਕਨਵਰਟ ਕਰ ਰਿਹਾ, ਕਨਵਰਟ ਹੋ ਗਈ, ਕਲੋਜ਼ ਕਰਵਾ ਲਓ। ਇੱਥੇ PDF ਫਾਈਲ ਆ, ਦੇਖੋ ਆ ਗਈ PDF ਫਾਈਲ। ਜਦੋਂ ਇਹ PDF ਫਾਈਲ ਆ ਗਈ, ਇਹਨੂੰ ਡਬਲ ਕਲਿੱਕ ਕਰਵਾ ਕੇ ਓਪਨ ਕਰਵਾ ਲਓ। ਉਹਨੇ ਉਸੇ ਫਾਈਲ ਨੂੰ PDF ਦੇ ਅੰਦਰ ਕਨਵਰਟ ਕਰ ਦਿੱਤਾ। ਕਲੀਅਰ ਹੈ ਸਾਰੇ, ਇਹ ਹੋ ਗਿਆ ਆਪਣਾ ਦੂਜਾ ਤਰੀਕਾ। ਹੁਣ ਤੀਜਾ ਤਰੀਕਾ ਤਾਂ ਇਹ ਸੀਗਾ ਜਿਹੜਾ ਆਪਾਂ ਸੋਫਟਵੇਅਰ ਡਾਊਨਲੋਡ ਕਰ ਰਹੇ ਸੀ, ਉਹ ਦੇਖੋਗੇ ਹਲੇ ਵੀ ਇੱਥੇ ਡਾਊਨਲੋਡ ਹੋ ਰਿਹਾ, ਮੈਨੂੰ ਲੱਗਦਾ ਟਾਈਮ ਲੱਗਣਾ, ਤਾਂ ਇਹਨੂੰ ਹੋ ਜਾਣ ਦਿਓ। ਇਹਦੇ ਬਾਰੇ ਆਪਾਂ ਕੱਲ੍ਹ ਨੂੰ ਸਮਝ ਲੈਂਦੇ ਹਾਂ।